ਜਦੋਂ ਆਪਾਂ ਆਪਣੀਆਂ ਵੀਡੀਓ ਦੇ ਵਿੱਚ ਦੱਸੀਦਾ ਕਿ ਆਪਣੇ ਫਾਰਮ ਤੇ ਜਿਹੜੀਆਂ ਗਾਵਾਂ ਇਹ ਐਵਰੇਜ 25 ਤੋਂ 30 ਲੀਟਰ ਡੇਲੀ ਦਾ ਦੁੱਧ ਦਿੰਦੀਆਂ ਨੇ ਤਾਂ ਕਈ ਵੀਰੇ ਇਹ ਕਮੈਂਟ ਕਰਦੇ ਹੁੰਦੇ ਆ ਕਿ ਵੀਰੇ ਅਸੀਂ ਵੀ ਸੇਮ ਫੀਡ ਪਾਉਨੇ ਆ ਅਸੀਂ ਵੀ ਵਧੀਆ ਫੀਡ ਪਾਉਨੇ ਆ ਪਰ ਸਾਡੀਆਂ ਗਾਵਾਂ ਕਿਉਂ ਨਹੀਂ ਇੰਨਾ ਜ਼ਿਆਦਾ ਦੁੱਧ ਦਿੰਦੀਆਂ ਤਾਂ ਇੱਕ ਮੇਨ ਵੱਡਾ ਫਰਕ ਆ ਇੰਡੀਆ ਤੇ ਆਸਟ੍ਰੇਲੀਆ ਦੇ ਡੇਰੀ ਫਾਰਮਿੰਗ ਦੇ ਵਿੱਚ ਇੰਡੀਆ ਦੇ ਵਿੱਚ ਆਪਣੇ ਕੋਲ ਥਾਂ ਘੱਟ ਹੋਣ ਦੇ ਕਰਕੇ ਆਪਾਂ ਨੂੰ ਗਾਵਾਂ ਨੂੰ ਬੰਨ ਕੇ ਰੱਖਣਾ ਪੈਂਦਾ ਪਰ ਆਸਟ੍ਰੇਲੀਆ ਦੇ ਵਿੱਚ ਵੱਡੇ ਫਾਰਮ ਆ ਗਾਵਾ ਖੁੱਲੀਆਂ ਘਾਹ ਚਰਦੀਆਂ ਨੇ ਤੇ ਜਦੋਂ ਇਹ ਜੀ ਕਰਦਾ ਉਦੋਂ ਆਪਣੇ ਪੱਠੇ ਖਾਂਦੀਆਂ ਨੇ ਤੇ ਜਦੋਂ ਇਹਨਾਂ ਦਾ ਜੀ ਕਰਦਾ ਇਹ ਪਾਣੀ ਪਿੰਦੀਆਂ ਨੇ ਤਾਂ ਕਰਕੇ ਵੀ گاਵਾ ਜਿਹੜੀਆਂ ਇਹ ਇੰਡੀਆ ਦੀਆਂ ਗਾਵਾਂ ਦੇ ਨਾਲੋਂ ਜ਼ਿਆਦਾ ਦੁੱਧ ਦਿੰਦੀਆਂ ਕਿਉਂਕਿ ਇਹ ਜਦੋਂ ਖੁੱਲੀਆਂ ਰਹਿੰਦੀਆਂ ਨੇ ਇਹ ਜ਼ਿਆਦਾ ਹਰਾਚਾਰਾ ਖਾ ਲੈਂਦੀਆਂ ਨੇ ਪਰ ਜਦੋਂ ਇਹ ਬੰਨੀਆ ਹੁੰਦੀਆਂ ਆਪਾਂ ਜਿੰਨਾ ਇਹਨਾਂ ਨੂੰ ਪਾਤਾ ਇਹਨਾਂ ਨੇ ਉਨਾ ਹੀ ਖਾਣਾ ਤਾਂ ਕਰਕੇ ਆਪਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਜਿੰਨੀ ਇਹਨਾਂ ਨੂੰ ਲੋੜ ਆ ਉਹਨਾਂ ਖਾ ਕੇ ਜ਼ਿਆਦਾ ਦੁੱਧ ਦਿੰਦੀਆਂ ਨੇ ਇਹੇ ਮੇਨ ਵੱਡਾ ਫਰਕ ਆ ਇੰਡੀਆ ਦੇ ਆਸਟ੍ਰੇਲੀਆ ਦੇ ਡੇਰੀ ਫਾਰਮਿੰਗ ਦੇ ਵਿੱਚ ਤੇ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਫੋਲੋ ਜ਼ਰੂਰ ਕਰ ਲਿਓ